ਹੈਲੋ ਫਰੈਂਡਸ, ਅੱਜ ਅਸੀਂ ਗੱਲ ਕਰਾਂਗੇ ਕੇਪ ਬ੍ਰਿਟਨ ਯੂਨੀਵਰਸਿਟੀ ਬਾਰੇ। ਮੈਨੂੰ ਤੁਹਾਡੇ 'ਚੋਂ ਬਹੁਤ ਜਣਿਆਂ ਨੇ ਪੁੱਛਿਆ ਕਿ ਕੇਪ ਬ੍ਰਿਟਨ ਯੂਨੀਵਰਸਿਟੀ ਬਾਰੇ ਥੋੜ੍ਹੇ ਜਿਹੇ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਨਾਲ। ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਹਾਂ ਕਿ ਮੈਂ ਉੱਥੇ ਕਦੇ ਪੜ੍ਹੀ ਨਹੀਂ, ਪਰ ਉੱਥੋਂ ਦੇ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਆ, ਕਿਉਂਕਿ ਬਹੁਤ ਸਾਰੇ ਲੋਕ ਕੇਪ ਬ੍ਰਿਟਨ ਤੋਂ ਮੂਵ ਹੋਏ ਆ ਨੋਵਾ ਸਕੋਸ਼ੀਆ ਦੇ ਵਿੱਚ। ਨਾ ਕਿ ਸਟੂਡੈਂਟ, ਜਿਹੜੇ ਨੋਰਮਲ ਇੱਥੋਂ ਦੇ ਨੇਟਿਵ ਲੋਕ ਨੇ ਉਹ ਕੇਪ ਬ੍ਰਿਟਨ ਤੋਂ ਮੂਵ ਹੋਏ ਆ, ਜਸਟ ਬਿਕੋਜ਼ ਜਿਵੇਂ ਆਪਾਂ ਕਿਸੇ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਹੋ ਜਾਂਦੇ ਹਾਂ। ਉਸ ਤਰ੍ਹਾਂ ਬਹੁਤ ਸਾਰੇ ਲੋਕ ਇੱਥੇ ਮੂਵ ਹੋਏ ਆ, ਤਾਂ ਉਹ ਕੰਮ ਮੇਰੇ ਨਾਲ ਕੰਮ ਕਰਦੇ ਆ, ਮੈਨੂੰ ਇਹ ਗੱਲਾਂ ਦਾ ਮੈਨੂੰ ਮੌਕਾ ਮਿਲਿਆ ਕਿ ਮੈਂ ਉਹਨਾਂ ਤੋਂ ਉਹ ਸਾਰੇ ਸਵਾਲ ਪੁੱਛ ਸਕਾਂ ਜਿਹੜੇ ਤੁਸੀਂ ਮੇਰੇ ਤੋਂ ਪੁੱਛਦੇ ਹੋ, ਤਾਂ ਕਿ ਮੈਂ ਤੁਹਾਨੂੰ ਉਹ ਆਂਸਰ ਬੈਕ ਕਰ ਸਕਾਂ। ਇਹ ਮੈਂ ਤੁਹਾਨੂੰ ਸਾਰਾ ਸੱਚ ਦੱਸਣਾ ਚਾਹੁੰਦੀ ਸੀ, ਕਿਉਂਕਿ ਮੈਂ ਉੱਥੇ ਕਦੇ ਗਈ ਨਹੀਂ। ਮੈਂ ਸਿਡਨੀ ਲਈ ਜ਼ਰੂਰ ਕੰਮ ਕਰਦੀ ਹਾਂ ਰਿਮੋਟਲੀ, ਪਰ ਮੈਂ ਉੱਥੇ ਕਦੇ ਗਈ ਨਹੀਂ। ਮੈਂ ਕੇਪ ਬ੍ਰਿਟਨ ਯੂਨੀਵਰਸਿਟੀ 'ਚ ਕਦੇ ਗਈ ਨਹੀਂ, ਪਰ ਮੈਂ ਉਹਨੂੰ ਉੱਥੋਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨ 'ਚ ਮਿਲੀਆਂ ਜੋ ਕਿ ਇੱਥੋਂ ਦੇ ਲੋਕਾਂ ਨੇ ਮੈਨੂੰ ਦੱਸੀਆਂ। ਅਤੇ ਜਿਹੜੇ ਇੱਥੋਂ ਦੇ ਲੋਕ ਆ, ਮੈਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਆ, ਉਹ ਕਦੇ ਗੱਲ ਝੂਠ ਨਹੀਂ ਕਰਦੇ। ਜਿਹੜੀ ਗੱਲ ਆ ਉਹ ਤੁਹਾਨੂੰ ਸਾਰੀ ਸੱਚ ਦੱਸ ਦਿੰਦੇ ਆ। ਅਤੇ ਇਸ ਵੀਡੀਓ 'ਚ ਮੈਂ ਤੁਹਾਨੂੰ ਇਹੀ ਦੱਸਣਾ ਜੋ ਮੈਨੂੰ ਸੁਣਨ 'ਚ ਆਇਆ, ਜੋ ਮੈਨੂੰ ਪਤਾ ਲੱਗਿਆ, ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਆਈ ਆ ਕੇਪ ਬ੍ਰਿਟਨ ਯੂਨੀਵਰਸਿਟੀ ਬਾਰੇ, ਉਹ ਵੀਡੀਓ ਮੈਂ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗੀ। ਅਤੇ ਜੇ ਤੁਸੀਂ ਮੇਰੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਪਲੀਜ਼ ਕਰ ਲਓ। ਅਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੈ ਤੁਸੀਂ ਮੇਰੇ ਨਾਲ ਜੁੜ ਰਹੇ ਹੋ, ਅਤੇ ਆਪਾਂ ਮਿਲ ਕੇ ਦੂਸਰਿਆਂ ਦੀ ਹੈਲਪ ਵੀ ਕਰਾਂਗੇ। ਸੋ ਆਪਾਂ ਗੱਲ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਕੇਪ ਬ੍ਰਿਟਨ ਯੂਨੀਵਰਸਿਟੀ ਬਾਰੇ ਮੈਨੂੰ ਕੀ ਪਤਾ ਚੱਲਿਆ। ਸੋ ਕੇਪ ਬ੍ਰਿਟਨ ਯੂਨੀਵਰਸਿਟੀ ਸਭ ਤੋਂ ਪਹਿਲਾਂ ਇੱਕ ਕਾਲਜ ਹੁੰਦੀ ਸੀਗੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਯੂਨੀਵਰਸਿਟੀ ਬਣ ਗਈ। ਉੱਥੇ ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ ਦੇ ਕੋਰਸਿਸ ਵੀ ਪੜ੍ਹਾਏ ਜਾਂਦੇ ਆ, ਅਤੇ ਜਿਹੜੇ ਉੱਥੋਂ ਦੇ ਪ੍ਰੋਫੈਸਰਸ ਨੇ ਬਹੁਤ ਅੱਛੇ ਨੇ, ਬਹੁਤ ਸਪੋਰਟ ਕਰਦੇ ਆ। ਤੁਹਾਨੂੰ ਕੋਈ ਵੀ ਗੱਲ ਦੀ ਕੁਐਸਚਨ ਹੋਵੇ, ਤੁਸੀਂ ਜਾਓ ਸਿੱਧਾ ਉਹਨਾਂ ਨਾਲ ਗੱਲ ਕਰੋ, ਤੁਹਾਨੂੰ ਸਾਰੇ ਸਵਾਲਾਂ ਦੇ ਆਂਸਰ ਮਿਲਣਗੇ, ਠੀਕ ਹੈ। ਫਿਰ ਦੂਸਰੀ ਗੱਲ ਆ ਜਾਂਦੀ ਆ ਉੱਥੇ ਰਹਿਣ ਸਹਿਣ ਤੁਹਾਨੂੰ ਕਿਵੇਂ ਲੱਭਣਾ ਪੈਂਦਾ। ਤਾਂ ਸਭ ਤੋਂ ਪਹਿਲਾਂ ਜਿਹੜੀ ਰਹਿਣ ਸਹਿਣ ਦੀ ਗੱਲ ਹੈ, ਤਾਂ ਮੈਂ ਸੁਣਨ 'ਚ ਆਇਆ ਮੈਨੂੰ ਕਿ ਰਹਿਣ ਸਹਿਣ ਥੋੜ੍ਹਾ ਜਿਹਾ ਔਖਾ ਲੱਭਦਾ ਉੱਥੇ। ਇਹ ਸੱਚ ਹੈ, ਪਰ ਇੰਪੋਸੀਬਲ ਨਹੀਂ ਹੈਗਾ, ਤਰੀਕੇ ਆ ਉਹਦੇ ਲੱਭਣ ਦੇ। ਜੇ ਤੁਸੀਂ ਹਜੇ ਇੱਥੇ ਪਹੁੰਚੇ ਨਹੀਂ, ਤੁਸੀਂ ਉੱਥੇ ਇੰਡੀਆ ਪਾਕਿਸਤਾਨ ਬੈਠੇ, ਜਿੱਥੇ ਵੀ ਬੈਠੇ ਹੋ, ਉੱਥੇ ਬੈਠ ਕੇ ਵੀ ਤੁਸੀਂ ਪਹਿਲਾਂ ਹੀ ਲੱਭ ਸਕਦੇ ਹੋ ਅਪਾਰਟਮੈਂਟ ਮੂਵ ਹੋਣ ਤੋਂ, ਤਾਂ ਕਿ ਤੁਹਾਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਨਾ ਹੋਵੇ, ਹੈ ਨਾ। ਮਤਲਬ ਈਜ਼ੀਲੀ ਨਹੀਂ ਹੈਗਾ ਲੱਭਣਾ, ਪਰ ਇੰਪੋਸੀਬਲ ਵੀ ਨਹੀਂ ਹੈਗਾ। ਦੂਸਰੀ ਗੱਲ ਇਹ ਹੈ ਕਿ ਉੱਥੇ ਰੈਜ਼ੀਡੈਂਸ ਨਹੀਂ ਹੈਗੇ, ਮਤਲਬ ਕਿ ਯੂਨੀਵਰਸਿਟੀ ਦੇ ਵਿੱਚ ਹੋਸਟਲ ਵਗੈਰਾ ਦੀ ਫੈਸਿਲਿਟੀ ਹਜੇ ਨਹੀਂ ਹੈਗੀ। ਇਸ ਲਈ ਲੋਕਾਂ ਨੂੰ ਇੱਦਾਂ ਲੱਗਦਾ ਕਿ ਮਤਲਬ ਪ੍ਰੋਬਲਮ ਆਉਂਦੀ ਹੈਗੀ, ਕਿ ਕੋਈ ਮਤਲਬ ਆਉਂਦੇ ਹੀ ਸਾਨੂੰ ਕੋਈ ਇੱਦਾਂ ਦੀ ਸਪੋਰਟ ਯੂਨੀਵਰਸਿਟੀ ਵੱਲੋਂ ਨਹੀਂ ਮਿਲਦੀ। ਬਟ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਜਾਂ ਸਟੂਡੈਂਟਸ ਨੇ, ਹੈ ਨਾ, ਉਹ ਸਾਰੇ ਤੁਹਾਨੂੰ ਹੈਲਪ ਕਰਦੇ ਆ, ਮਤਲਬ ਅਪਾਰਟਮੈਂਟ ਲੱਭਣ ਲਈ, ਮਤਲਬ ਤੁਹਾਨੂੰ ਗਾਈਡ ਕਰ ਦੇਣਗੇ ਵੀ ਇੱਥੇ ਜਾ ਕੇ ਲੱਭ ਲਓ। ਉਹਨਾਂ ਦੀ ਰਿਸਪੋਂਸੀਬਿਲਿਟੀ ਨਹੀਂ ਹੈਗੀ ਵੀ ਉਹ ਤੁਹਾਨੂੰ ਅਪਾਰਟਮੈਂਟ ਲੱਭ ਕੇ ਦੇਣ। ਸੋ ਪਰ ਉੱਥੇ ਕੀ ਬਣਿਆ ਹੋਇਆ, ਆਫ ਕੈਂਪਸ ਕੇਪ ਬ੍ਰਿਟਨ ਯੂਨੀਵਰਸਿਟੀ ਹਾਊਸਿੰਗ ਬਣੀ ਹੋਈ ਹੈ ਇੱਕ ਤਰ੍ਹਾਂ। ਉੱਥੇ ਮਤਲਬ ਤੁਸੀਂ ਜਾ ਕੇ ਅਪਾਰਟਮੈਂਟ ਲੱਭ ਸਕਦੇ ਹੋ। ਉਹਨਾਂ ਦੇ ਸੋਸ਼ਲ ਮੀਡੀਆ ਪੇਜਸ ਬਣੇ ਹੋਏ ਆ, ਕੇਪ ਬ੍ਰਿਟਨ ਯੂਨੀਵਰਸਿਟੀ ਆਫ ਕੈਂਪਸ ਹਾਊਸਿੰਗ, ਉਹ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਸਰਚ ਕਰ ਲਉਂਗੇ, ਤੁਹਾਨੂੰ ਸਾਰੇ ਮਿਲ ਜਾਣਗੇ। ਕਜੀਜੀ 'ਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਸਰਚ ਕਰ ਸਕਦੇ ਹੋ, kijiji.ca 'ਤੇ ਜਾ ਕੇ ਸਰਚ ਕਰੋ ਅਪਾਰਟਮੈਂਟਸ, ਅਤੇ ਉੱਥੇ ਜਾ ਕੇ ਸਿਡਨੀ ਵਗੈਰਾ ਏਰੀਆ ਚੂਜ਼ ਕਰ ਲਓ, ਅਤੇ ਉੱਥੇ ਤੁਹਾਨੂੰ ਸਾਰੇ ਅਪਾਰਟਮੈਂਟਸ ਆ ਜਾਣਗੇ ਜਿਹੜੇ ਤੁਸੀਂ ਲੱਭ ਸਕਦੇ ਹੋ। ਤੁਸੀਂ ਹੁਣ ਜਦੋਂ ਮੈਂ ਇੱਥੇ ਆਈ ਸੀ ਨੋਵਾ ਸਕੋਸ਼ੀਆ 'ਚ, ਮੈਂ ਵੀ ਰੈਜ਼ੀਡੈਂਸ 'ਚ ਨਹੀਂ ਰਹੀ ਸੀਗੀ, ਤਾਂ ਇਹ ਇੱਕ ਇੰਨੀ ਕੋਈ ਵੱਡੀ ਗੱਲ ਹੈ ਨਹੀਂ ਵੀ ਪ੍ਰੋਬਲਮ ਵਾਲੀ ਵੀ ਤੁਹਾਨੂੰ ਰੈਜ਼ੀਡੈਂਸ 'ਚ ਹੀ ਰਹਿਣਾ। ਮੈਨੂੰ ਲੱਗਦਾ ਰੈਜ਼ੀਡੈਂਸ 'ਚ ਕੀ ਹੁੰਦਾ, ਤੁਸੀਂ ਬੰਨੇ ਜਾਂਦੇ ਹੋ, ਤੁਹਾਨੂੰ ਖਾਣਾ ਵੀ ਉਹ ਖਾਣਾ ਪੈਂਦਾ ਜਿਹੜਾ ਤੁਹਾਨੂੰ ਦਿੰਦੇ ਆ, ਫਿਰ ਤੁਹਾਨੂੰ ਪਸੰਦ ਨਹੀਂ ਆਉਂਦਾ, ਹੈ ਨਾ। ਇਸ ਤੋਂ ਬੈਟਰ ਹੈ ਤੁਸੀਂ ਆਪਦਾ ਅਲੱਗ ਅਪਾਰਟਮੈਂਟ ਰਹਿ ਕੇ ਕਿਸੇ ਨਾਲ ਜਾਂਦਾ ਸ਼ੇਅਰ ਕਰ ਲਓ, ਅਤੇ ਤੁਸੀਂ ਆਪਣਾ ਖਾਣਾ ਵੀ ਆਪਦੇ ਮਨਪਸੰਦ ਦਾ ਬਣਾ ਸਕਦੇ ਹੋ। ਆਈ ਥਿੰਕ ਇਟਸ ਬੈਟਰ ਟੂ ਲਿਵ ਆਫ ਕੈਂਪਸ, ਸੋ ਆਈ ਵੁੱਡ ਰੈਕਮੈਂਡ ਯੂ ਟੂ ਟੇਕ ਇਟ ਇਜ਼ ਅ ਪੋਜ਼ਿਟਿਵ ਪੁਆਇੰਟ। ਸੋ ਦੂਸਰੀ ਗੱਲ ਇਹ ਹੈਗੀ ਕਿ ਆਪਾਂ ਹੁਣ kijiji.ca 'ਤੇ ਆਪਾਂ ਜਾ ਕੇ ਅਪਾਰਟਮੈਂਟਸ ਵਗੈਰਾ ਲੱਭ ਸਕਦੇ ਹਾਂ, ਜਾਂ ਆਪਾਂ ਆਫ ਕੈਂਪਸ ਹਾਊਸਿੰਗ ਦੇ ਵਿੱਚ ਵੀ ਜਾ ਕੇ ਲੱਭ ਸਕਦੇ ਹਾਂ। ਯੂਨੀਵਰਸਿਟੀ ਦੇ ਵਿੱਚ ਵੀ ਪੋਸਟਰ ਵਗੈਰਾ ਲੱਗੇ ਹੁੰਦੇ ਆ ਅਪਾਰਟਮੈਂਟ ਕਿੱਥੇ ਲੱਭਣੇ, ਕਿਉਂਕਿ ਉਹਨਾਂ ਨੂੰ ਆਏ ਆ ਕਿ ਜਿਹੜੇ ਇਮੀਗ੍ਰੈਂਟਸ ਸਟੂਡੈਂਟਸ ਨੇ ਇਮੀਗ੍ਰੇਸ਼ਨ ਦੇ ਥਰੂ ਆਏ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਹੈ ਨਾ। ਉਹ ਕੋਸ਼ਿਸ਼ ਜ਼ਰੂਰ ਕਰਦੇ ਆ, ਪਰ ਉਹਨਾਂ ਦੀ ਫੁੱਲ ਰਿਸਪੋਂਸੀਬਿਲਿਟੀ ਨਹੀਂ ਹੈਗੀ। ਤੁਸੀਂ ਅੱਗੇ ਜਾ ਕੇ ਉਹਨਾਂ ਨੂੰ ਇੱਕ ਕੰਪਲੇਨ ਨਹੀਂ ਕਰ ਸਕਦੇ ਵੀ ਹਾਂਜੀ ਤੁਸੀਂ ਸਾਨੂੰ ਅਪਾਰਟਮੈਂਟ ਨਹੀਂ ਲੱਭ ਕੇ ਦਿੱਤਾ। ਸੋ ਇਹ ਤੁਹਾਡੀ ਆਪਣੀ ਰਿਸਪੋਂਸੀਬਿਲਿਟੀ ਹੈ, ਹੈ ਨਾ ਜੀ। ਫਿਰ ਆਪਾਂ ਗੱਲ ਕਰਦੇ ਹਾਂ ਕੰਮ ਕਿੱਦਾਂ ਦਾ ਮਿਲਦਾ ਉੱਥੇ, ਕੰਮ ਕੀ ਮਿਲਦਾ। ਸਾਰੇ ਲੋਕਾਂ ਨੂੰ ਇਹ ਸਵਾਲ ਜ਼ਰੂਰ ਹੁੰਦਾ
ਤੁਹਾਨੂੰ ਮੈਂ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਕੈਨੇਡਾ ਦੇ ਵਿੱਚ ਕੰਮ ਪਾਰਟ ਟਾਈਮ ਕਿਹੜੇ ਕਿਹੜੇ ਮਿਲਦੇ ਆ, ਮੈਂ ਇੱਕ ਪ੍ਰੋਪਰ ਸਪੈਸ਼ਲ ਵੀਡੀਓ ਬਣਾਈ ਹੈ ਤੁਹਾਡੇ ਲਈ, ਸਾਰੇ ਮੈਂ ਇਕੱਠੇ ਕਰਕੇ ਪੁਆਇੰਟ ਵੀ ਕਿਹੜੇ ਕਿਹੜੇ ਕੰਮ ਜਿਹੜੇ ਇੱਥੇ ਮਿਲਦੇ ਹੈਗੇ। ਸੋ ਨੋਵਾ ਸਕੋਸ਼ੀਆ ਦੇ ਵਿੱਚ ਅਟਲਾਂਟਿਕ ਕੈਨੇਡਾ ਦੇ ਵਿੱਚ ਜਿਹੜੇ ਕੰਮ ਮਿਲਦੇ ਆ ਉਹ 'ਤੇ ਮੈਂ ਇੱਕ ਵੀਡੀਓ ਪਾਈ ਹੈ, ਟੋਪ 10 ਇਨ ਡਿਮਾਂਡ ਜੋਬਸ ਇਨ ਕੈਨੇਡਾ, ਪਲੀਜ਼ ਚੈੱਕ ਦੈਟ ਆਊਟ। If you can't find it, I might put it in the description box for you, so you can easily find it there. So, ਇਹਦੇ ਵਿੱਚ ਪਰ ਜਿਹੜੀ ਸਿਡਨੀ ਹੈ ਨਾ, ਥੋੜ੍ਹਾ ਐਕਸੈਪਸ਼ਨਲ ਕੇਸ ਆ ਜਾਂਦੀ ਹੈਗੀ, ਠੀਕ ਹੈ। ਹੁਣ ਸਾਰੀਆਂ ਚੀਜ਼ਾਂ ਸਾਰੀ ਜਗ੍ਹਾ 'ਤੇ ਨਹੀਂ ਹੋ ਸਕਦੀ। ਸਿਡਨੀ ਦੇ ਵਿੱਚ ਕੀ ਹੈ, ਜੇ ਆਪਾਂ ਕੈਸ਼ੀਅਰ ਦੀ ਗੱਲ ਕਰੀਏ, ਜਿਵੇਂ ਹੁਣ ਮੇਰੇ ਕੋਲ ਕਾਫੀ ਸਾਰੇ ਵਾਲਮਾਰਟਸ ਨੇ, ਸੁਪਰ ਸਟੋਰਸ ਨੇ, ਗਰੋਸਰੀ ਸਟੋਰਸ ਨੇ, ਹੈ ਨਾ। ਉੱਥੇ ਕਿ ਸਿਡਨੀ ਦੇ ਵਿੱਚ ਸਿਰਫ 2 ਵਾਲਮਾਰਟ ਨੇ। ਵਾਲਮਾਰਟ ਜਿੱਥੇ ਜਿਹੜੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊ ਵਾਲਮਾਰਟ ਕੀ ਹੈ। ਵਾਲਮਾਰਟ ਉਹ ਹੈ ਜਿੱਥੇ ਸਾਰੇ ਜਣੇ ਜਾ ਕੇ ਗਰੋਸਰੀਜ਼ ਕਰਦੇ ਆ, ਅਤੇ ਗਰੋਸਰੀ ਦੇ ਵਿੱਚ ਆ ਜਾਂਦੇ ਸਾ ਖਾਣਾ ਵਗੈਰਾ, ਕੱਪੜੇ ਵਗੈਰਾ ਵੀ ਮਿਲ ਜਾਂਦੇ ਆ ਵਾਲਮਾਰਟ ਤੋਂ, ਹੈ ਨਾ। ਕਿਚਨ ਦਾ ਸਮਾਨ ਵੀ ਮਿਲ ਜਾਂਦਾ, ਅਤੇ ਹੋਰ ਬਹੁਤ ਸਾਰੇ ਚੀਜ਼, ਫੋਨ ਵਗੈਰਾ ਵੀ ਮਿਲ ਜਾਂਦੇ ਆ। ਅਤੇ 2 ਵਾਲਮਾਰਟ ਨੇ ਮੈਂ ਉੱਥੇ ਸੁਣਿਆ, ਅਤੇ 2 ਵਾਲਮਾਰਟ ਨੇ ਉੱਥੇ ਤੁਹਾਨੂੰ ਪਾਰਟ ਟਾਈਮ ਦਾ ਕੰਮ ਮਿਲ ਜੂਗਾ, ਪਰ ਜੇ ਉਹਨਾਂ ਕੋਲ ਕੋਈ ਮਤਲਬ ਹੈ ਨਹੀਂ ਗੀ ਅਵੇਲੇਬਿਲਿਟੀ ਪਾਰਟ ਟਾਈਮ ਲਈ, ਸਾਰਾ ਫੁੱਲ ਹੈ, ਫਿਰ ਤੁਸੀਂ ਕੀ ਕਰੋਗੇ, ਹੈ ਨਾ। ਤਾਂ ਉੱਥੇ ਉਹਨਾਂ ਨੇ ਇੱਕ ਹੋਰ ਚੀਜ਼ ਵੀ ਐਡ ਕੀਤੀ ਹੈ, ਉਹਨਾਂ ਨੇ 10 ਸਟੋਰ ਖੋਲ੍ਹਿਆ ਜਿੱਥੇ ਸੈਲਫ ਸਟੋਰ ਜਿਹੜੇ ਹੈਗੇ ਆ ਉਹ ਗਰੋਸਰੀ ਦੇ ਲਈ। ਅਤੇ ਉਹਦੇ ਵਿੱਚ ਕੀ ਹੈ, ਤੁਸੀਂ ਜਾਓ, ਸਮਾਨ ਚੂਜ਼ ਕਰੋ ਕੀ ਖਰੀਦਣਾ, ਅਤੇ ਆਪਣੇ ਆਪ ਚੈੱਕਆਊਟ ਕਰਕੇ ਬਾਹਰ ਹੋ ਜਾਓ। ਮਤਲਬ ਕਿ ਤੁਹਾਨੂੰ ਕਿਸੇ ਦੀ ਜ਼ਰੂਰਤ ਉੱਥੇ, ਮਤਲਬ ਕੋਈ ਕੈਸ਼ੀਅਰ ਲਈ ਕੈਸ਼ੀਅਰ ਨਹੀਂ ਹੈਗਾ ਤੁਹਾਡੇ ਵਾਸਤੇ। ਇਹਦੇ ਨਾਲ ਕੀ ਹੋਇਆ ਕਿ ਜੋਬ ਓਪਰਚੁਨਿਟੀ ਨਹੀਂ ਹੈਗੀ ਉਹਨਾਂ ਸਟੋਰਾਂ ਦੇ ਵਿੱਚ ਜਿਹੜੇ ਨਵੇਂ 10 ਸਟੋਰ ਖੁੱਲ੍ਹੇ ਆ। ਇਹਦਾ ਮਤਲਬ ਜੋਬ ਤਾਂ ਉਸ ਚੀਜ਼ 'ਚ ਬੰਦ ਹੋ ਗਈ ਨਾ, ਵੀ ਤੁਹਾਨੂੰ ਕਿੱਥੇ ਤਾਂ ਉਹਨਾਂ ਨੇ 10 ਵਾਲਮਾਰਟ ਖੋਲ੍ਹਣੇ ਸੀਗੇ, ਪਰ ਉਹਨਾਂ ਨੇ ਸੈਲਫ ਸਰਵਿਸ ਸਟੋਰ ਖੋਲ੍ਹਤੇ, ਸਮਾਨ ਲਿਆ ਕੇ ਰੱਖਤਾ, ਆਪੇ ਖਰੀਦੋ ਅਤੇ ਜਾਓ, ਹੈ ਨਾ। ਸੋ ਇਹਦੇ ਨਾਲ ਥੋੜ੍ਹੀ ਇਹੋ ਜਿਹੀਆਂ ਚੀਜ਼ਾਂ ਨਾਲ ਥੋੜ੍ਹੀ ਮਤਲਬ ਕੈਸ਼ੀਅਰ ਵਗੈਰਾ ਦੀ ਜੋਬ ਜੇ ਤੁਸੀਂ ਉੱਥੇ ਇੱਦਾਂ ਗਰੋਸਰੀ ਸਟੋਰ ਦੇ ਵਿੱਚ ਲੱਭ ਰਹੇ ਹੋ ਤਾਂ ਉਹ ਥੋੜ੍ਹੀ ਘੱਟ ਹੋਊਗੀ। ਪਰ ਮੈਂ ਤੁਹਾਨੂੰ ਦੱਸਿਆ ਕਿ ਹੋਰ ਬਹੁਤ ਸਾਰੇ ਆਪਸ਼ਨਸ ਨੇ ਜਿਹੜੇ ਮੈਂ ਡਿਸਕਸ ਕੀਤੇ ਆ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ, ਅਤੇ ਇਸ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਦੂਸਰੀ ਗੱਲ ਉੱਥੇ ਹੈਗੀ ਹੈ, ਉੱਥੇ ਲੋਕਾਂ ਕੋਲ ਕਾਰ ਵਗੈਰਾ ਜਿਹੜੀ ਆ ਘੱਟ ਹੈਗੀ, ਠੀਕ ਹੈ। ਤਾਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਵੀ ਮੰਨ ਲਓ ਇੱਥੇ ਤੁਸੀਂ ਕਾਰ 'ਤੇ ਜਿਹੜੀ ਜਗ੍ਹਾ ਜਾਣ 'ਤੇ ਤੁਹਾਨੂੰ 7 ਜਾਂ 8 ਮਿੰਟ ਲੱਗਦੇ ਆ, ਜੇ ਤੁਸੀਂ ਬੱਸ 'ਤੇ ਜਾਓ ਨਾ ਤੁਹਾਨੂੰ 40 ਮਿੰਟ ਵਾਂਗੂ ਲੱਗ ਜਾਂਦਾ, ਕਿ ਉਹ ਬੱਸ ਇੱਧਰ ਗੇੜੇ ਗੂੜੇ ਖਾ ਕੇ ਜਾਂਦੀ ਹੈ, ਅਤੇ ਇੰਨੇ ਟਾਈਮ 'ਚ ਇੰਨਾ ਟਾਈਮ ਹੋ ਜਾਂਦਾ। ਕਈ ਵਾਰ ਤੁਹਾਡੇ ਕੋਲ 40 ਮਿੰਟ ਨਹੀਂ ਹੁੰਦੇ ਅਗਲੀ ਜਗ੍ਹਾ 'ਤੇ ਜਾਣ ਨੂੰ, ਤੁਹਾਡੇ ਕੋਲ ਤੁਹਾਨੂੰ ਕਾਰ ਚਾਹੀਦੀ ਹੈ, ਤੁਹਾਨੂੰ ਕਾਰ ਤੁਸੀਂ ਲੈਂਦੇ ਨਹੀਂ ਥੋੜ੍ਹੀ, ਹੈ ਨਾ। ਕਾਰ ਸਾਰੇ ਲੋਕ ਨਹੀਂ ਲੈਂਦੇ, ਮੇਰੇ ਕੋਲ ਵੀ ਹੈ ਨਹੀਂ ਗੀ ਹੈਗੀ ਕਾਰ, ਹੈ ਨਾ। ਤਾਂ ਉਹਦੇ ਨਾਲ ਕੀ ਹੁੰਦਾ, ਟੈਕਸੀਸ ਬੁਲਾਉਂਦੇ ਲੋਕ ਜਦੋਂ ਥੋੜ੍ਹੀ ਐਮਰਜੈਂਸੀ ਨੇ, ਤੁਹਾਨੂੰ ਮਤਲਬ ਜਲਦੀ ਪਹੁੰਚਣਾ ਹੁੰਦਾ, ਫਿਰ ਟੈਕਸੀ ਬੁਲਾਉਂਦੇ ਆ। ਤਾਂ ਟੈਕਸੀ ਸਰਵਿਸ ਉਸਦੇ ਬਹੁਤ ਵਧੀਆ, ਤਾਂ ਇਸ ਲਈ ਜੇ ਤੁਸੀਂ ਟੈਕਸੀ ਦਾ ਕੰਮ, ਟੈਕਸੀ 'ਚ ਵੀ ਬਹੁਤ ਪੈਸੇ ਬਣਦੇ ਆ, ਠੀਕ ਹੈ। ਪਹਿਲਾਂ ਤੁਹਾਨੂੰ ਕਾਰ ਤੁਹਾਨੂੰ ਸੈਕਿੰਡ ਹੈਂਡ ਵਗੈਰਾ ਮਿਲ ਜੂਗੀ, ਅਤੇ ਨਹੀਂ ਜੇ ਤੁਸੀਂ ਜ਼ਿਆਦਾ ਪੈਸੇ ਲਾਉਣੇ ਅਤੇ ਟੈਕਸੀ ਵਗੈਰਾ ਦਾ ਕੰਮ ਕਰ ਸਕਦੇ। ਉਹਦੇ ਲਈ ਤੁਹਾਨੂੰ ਕੀ ਹੈ, ਤੁਹਾਡੀ ਆਪਣੀ ਇੰਡੀਪੈਂਡੈਂਸ ਆ, ਜਦੋਂ ਤੁਸੀਂ ਕੰਮ ਕਰਨਾ ਤੁਸੀਂ ਉਦੋਂ ਕਰੋ, ਜਦੋਂ ਤੁਸੀਂ ਨਹੀਂ ਕਰਨਾ ਉਦੋਂ ਤੁਸੀਂ ਨਾ ਕਰੋ, ਹੈ ਨਾ। ਤੁਹਾਡੇ ਮਤਲਬ ਕਿ ਉਹ ਆਪਣੇ ਫਲੈਕਸੀਬਲ ਆਵਰਸ ਹੋ ਜਾਂਦੇ ਆ। ਅਤੇ ਇਹਦੇ ਵਿੱਚ ਇਹ ਵੀ ਹੈਗਾ ਵੀ ਤੁਹਾਨੂੰ ਲਾਇਸੈਂਸ ਦੀ ਇੱਥੇ ਆਉਂਦਾ ਹੈ, ਲਾਇਸੈਂਸ ਇੱਥੇ ਲੈਣਾ ਟੈਕਸੀ ਦਾ ਥੋੜ੍ਹਾ ਟਾਈਮ ਲੱਗ ਜਾਂਦਾ, ਇਸ ਲਈ ਇੰਪੋਰਟੈਂਟ ਹੈ ਕਿ ਤੁਸੀਂ ਆਪਣਾ, ਜੇ ਤੁਸੀਂ ਕੇਬਰੇਟਨ ਯੂਨੀਵਰਸਿਟੀ 'ਚ ਆਉਣ ਬਾਰੇ ਸੋਚ ਰਹੇ ਹੋ ਨਾ, ਤਾਂ ਪਲੀਜ਼ ਆਪਣਾ ਜਿਹੜਾ ਹੈਗਾ ਡਰਾਈਵਿੰਗ ਲਾਇਸੈਂਸ ਇੰਡੀਆ ਵਗੈਰਾ ਤੋਂ ਉੱਥੇ ਆਪਣੀ ਜਗ੍ਹਾ 'ਤੇ ਬਣਾ ਲਓ, ਫਿਰ ਇੱਥੇ ਆ ਕੇ ਤੁਹਾਨੂੰ ਸਿੱਧਾ ਫੁੱਲ ਲਾਇਸੈਂਸ ਮਿਲ ਜਾਂਦਾ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪੈਂਦੀ ਟਾਈਮ ਦੀ। ਉਹ ਮੈਂ ਤੁਹਾਨੂੰ ਡਿਸਕਸ ਕਰੂੰਗੀ ਨੈਕਸਟ ਵੀਡੀਓ ਦੇ ਵਿੱਚ ਵੀ ਇੱਥੇ ਕਿੰਨਾ ਟਾਈਮ ਲੱਗ ਜਾਂਦਾ ਹੈਗਾ ਲਾਇਸੈਂਸ ਬਣਾਉਣ 'ਤੇ। ਹਾਂ, ਅਗਲੀ ਆਪਾਂ ਗੱਲ ਕਰਾਂਗੇ ਸਿਕਿਉਰਿਟੀ ਦੀ, ਸਿਕਿਉਰਿਟੀ ਜੋਬ। ਸੋ ਮੈਂ ਤੁਹਾਨੂੰ ਦੱਸ, ਸਿਕਿਉਰਿਟੀ ਜਗ੍ਹਾ ਜੋਬ ਤਾਂ ਹਰ ਜਗ੍ਹਾ ਹੈਗੀਆਂ, ਸਿਕਿਉਰਿਟੀ ਜੋਬ ਤੁਹਾਨੂੰ ਜੋਬ ਜੇ ਤੁਹਾਨੂੰ ਉੱਥੇ ਮਿਲਦੀ ਹੈ ਤਾਂ ਬਹੁਤ ਵਧੀਆ ਗੱਲ ਹੈ। ਉਹ 'ਚ ਵੀ ਤੁਹਾਡੀ ਫਲੈਕਸੀਬਲ ਆਵਰਸ ਨੇ, ਤੁਹਾਨੂੰ ਕਿਸੇ ਨਾਲ ਜ਼ਿਆਦਾ ਇੰਨਾ ਡੀਲ ਨਹੀਂ ਕਰਨਾ ਪੈਂਦਾ, ਜਸਟ ਲਾਈਕ ਤੁਹਾਨੂੰ ਡਿਊਟੀ ਦੇਣੀ ਹੁੰਦੀ ਹੈ। ਹਾਊਸਿੰਗ ਦੀ ਗੱਲ ਹੋ ਗਈ, ਜੋਬ ਦੀ ਗੱਲ ਹੋ ਗਈ। ਇੱਕ ਹੋਰ ਗੱਲ ਹੈ, ਉੱਥੇ ਇੱਕ ਬਹੁਤ ਵੱਡਾ ਮਾਲ ਹੈ ਮੈਂ ਸੁਣਿਆ, ਅਤੇ ਮਾਲ ਦੇ ਵਿੱਚ ਜਿੰਨੇ ਵੀ ਟਿਪੀਕਲ ਰੈਸਟੋਰੈਂਟਸ ਹੁੰਦੇ ਆ ਸਾਰੇ ਉੱਥੇ ਹੈਗੇ ਆ। ਬੈਸਟ ਬਾਏ ਵੀ ਹੈਗਾ, ਬੈਸਟ ਬਾਏ ਵੀ ਇੱਕ ਜਿਹੜਾ ਹੈਗਾ ਜਿੱਥੇ ਇੱਕ ਇਲੈਕਟ੍ਰੋਨਿਕਸ ਦੀ ਚੀਜ਼ਾਂ ਮਿਲਦੀਆਂ, ਕੰਪਿਊਟਰ ਵਗੈਰਾ ਲੈਣੇ, ਲੈਪਟੋਪ ਵਗੈਰਾ ਤੁਸੀਂ ਉੱਥੇ ਲੈਣੇ, ਟੀਵੀ ਵਗੈਰਾ, ਕੈਮਰਾ ਵਗੈਰਾ, ਮੈਂ ਕੈਮਰਾ ਉੱਥੋਂ ਲੈ ਕੇ ਆਉਂਦਾ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਉੱਥੋਂ ਮਿਲ ਜਾਂਦੀਆਂ। ਅਤੇ ਉੱਥੇ ਟਿਪੀਕਲ ਰੈਸਟੋਰੈਂਟਸ ਵੀ ਹੈਗੇ, ਉੱਥੇ ਤੁਸੀਂ ਰੈਸਟੋਰੈਂਟ 'ਚ ਵੀ ਕੰਮ ਕਰ ਸਕਦੇ ਹੋ। ਮੈਨੂੰ ਲੱਗਦਾ ਰੈਸਟੋਰੈਂਟ 'ਚ ਕੰਮ ਕਰਨਾ ਹਰ ਬੰਦੇ ਨੂੰ ਜ਼ਰੂਰੀ ਹੈ ਸ਼ੁਰੂ ਦੇ ਵਿੱਚ, ਉਸ ਰੈਸਟੋਰੈਂਟ ਜੋਬ ਤੋਂ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਅੱਗੇ ਲਾਈਫ ਦੇ ਵਿੱਚ, ਕਿ ਕਿੰਨਾ ਔਖਾ ਹੁੰਦਾ, ਤੁਸੀਂ ਰਿਸਪੈਕਟ ਕਰ ਨਹੀਂ ਸਕਦੇ ਹੋ ਕਿਸੇ ਦੀ, ਹੈ ਨਾ। ਬਹੁਤ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਹਾਂਜੀ, ਅਤੇ ਜਿਹੜੀ ਉੱਥੇ ਮਿਨੀਮਮ ਵੇਜ ਹੈਗੀ, ਉਹ ਸਾਰੀਆਂ ਜੋਬ ਜਿਹੜੀਆਂ ਪਾਰਟ ਟਾਈਮ ਹੈ ਉਹ ਮਿਨੀਮਮ ਵੇਜ 'ਤੇ ਮਿਲਦੀਆਂ ਤੁਹਾਨੂੰ,
ਜਿਹੜੀ ਕਿ $11 ਔਰ ਸਮਥਿੰਗ ਆ, ਜਿਵੇਂ ਟੋਰਾਂਟੋ ਵਗੈਰਾ 'ਚ $13 $13 ਇੱਦਾਂ ਕੁਛ ਮਿਲਦੀ ਹੈ, ਪਰ ਥੈਂਕਸ ਟੂ ਦੈਟ ਲੇਡੀ ਹੂ ਸ਼ੇਅਰ ਦੈਟ ਵਿਦ ਮੀ, ਉੱਥੇ ਇੱਕ ਕਾਲ ਸੈਂਟਰ ਹੈਗੀ ਹੈ ਜਗ੍ਹਾ, ਉਹ ਹੁਣ ਹਾਇਰ ਕਰ ਰਹੇ ਆ। ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਕੇਪ ਬ੍ਰਿਟਨ ਤੋਂ ਤੁਸੀਂ ਜੋਬ ਲੱਭ ਰਹੇ ਹੋ, ਤੁਸੀਂ ਉਸ ਕਾਲ ਸੈਂਟਰ 'ਚ ਜਾ ਕੇ ਵੀ ਵੀਡੀਓ ਵੀ ਆਪਣੀ ਜਿਹੜੀ ਹੈ ਜੋ ਰੈਜ਼ਮੇ ਵਗੈਰਾ ਦਿਓ ਅਤੇ ਕਾਲ ਸੈਂਟਰ 'ਚ ਤੁਹਾਨੂੰ ਜੋਬ ਮਿਲ ਸਕਦੀ ਹੈ। ਕਾਲ ਸੈਂਟਰ ਵੀ ਉੱਥੇ ਹੈਗਾ, ਤੁਸੀਂ ਜਿੱਥੇ ਜਾ ਕੇ ਜੋਬ ਲੱਭ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਂ ਇਹ ਜਿਹੜੀ ਵੀਡੀਓ ਐਂਡ ਕਰਦੀ ਹਾਂ। ਅਤੇ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਕੇਪ ਬ੍ਰਿਟਨ ਤੋਂ, ਪਲੀਜ਼ ਥੱਲੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ, ਕਿਸੇ ਨੂੰ ਵੀ ਹੈਲਪ ਹੋ ਸਕਦੀ ਹੈ। ਮੈਨੂੰ ਇੰਨਾ ਕੁ ਪਤਾ ਸੀਗਾ, ਮੈਂ ਸ਼ੇਅਰ ਕਰਤਾ। ਜੇ ਤੁਹਾਨੂੰ ਕੋਈ ਹੋਰ ਸਵਾਲ ਹੈ ਕੇਪ ਬ੍ਰਿਟਨ ਯੂਨੀਵਰਸਿਟੀ ਬਾਰੇ, ਪਲੀਜ਼ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ, ਪਲੀਜ਼ ਮੈਨੂੰ ਮੈਸੇਜ ਕਰਕੇ ਦੱਸ ਦਿਓ ਮੇਰੇ ਇੰਸਟਾਗ੍ਰਾਮ 'ਤੇ। ਮੇਰੇ ਦੋ ਇੰਸਟਾਗ੍ਰਾਮ ਹੈਗੇ ਆ, ਰਮਨ ਸੈਕ ਅਤੇ ਰਮਨ ਸਿੱਧੂ 153। ਮੈਂ ਕਿਸੇ ਮਰਜ਼ੀ ਦੋਨਾਂ 'ਤੇ ਭਾਵੇਂ ਫੋਲੋ ਕਰਨਾ, ਦੋਨਾਂ 'ਤੇ ਕਰ ਲਓ, ਕਿਸੇ ਮਰਜ਼ੀ 'ਤੇ ਮੈਨੂੰ ਕਨੈਕਟ ਹੋ ਕੇ ਤੁਸੀਂ ਟੈਕਸਟ ਕਰ ਸਕਦੇ ਹੋ। ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੀ ਹਾਂ ਜ਼ਰੂਰ। ਆਪਣਾ ਧਿਆਨ ਰੱਖਿਓ, ਬਾਏ।